ਪਹਿਲੇ ਭਾਗ ਦੇ ਵਿੱਚ ਅਸੀਂ ਇਸ ਗੱਲ ਨੂੰ ਪਰਮੇਸ਼ੁਰ ਦੇ ਵਚਨ ਦੇ ਵਿੱਚੋਂ ਸਿੱਖਿਆ ਸੀ ਕਿ ਪ੍ਰਭੂ ਯਿਸੂ ਮਸੀਹ ਨੇ ਸਲੀਬ ਤੋਂ 7 ਵਚਨ ਕਹੇ ਸਨ ਔਰ ਇਹ 7 ਵਚਨ ਜੋ ਯਿਸੂ ਮਸੀਹ ਨੇ ਸਲੀਬ ਦੇ ਉੱਤੇ ਦਿੱਤੇ ਸਨ ਉਹ ਕਿਹੜੇ ਕਿਹੜੇ ਸਨ ਇਹ ਪਹਿਲੇ ਭਾਗ ਦੇ ਵਿੱਚੋਂ ਅਸੀਂ ਪਹਿਲਾਂ ਵੇਖ ਚੁੱਕੇ ਹਾਂ। ਅੱਜ ਅਸੀਂ ਉਸ ਲੜੀ ਦੇ ਜੇ 7 ਵਚਨਾਂ ਦੀ ਜੋ ਲੜੀ ਹੈ ਉਹਦੇ ਪਹਿਲੇ ਵਚਨ ਨੂੰ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਵੇਖਾਂਗੇ। ਪਰਮੇਸ਼ੁਰ ਦੇ ਪਵਿੱਤਰ ਵਚਨ ਲੂਕਾ ਦੀ ਇੰਜੀਲ ਉਸ ਦੇ 23 ਅਧਿਆਏ ਔਰ ਉਸ ਦੇ 34 ਵਚਨ ਦੇ ਵਿੱਚ ਇਸ ਤਰ੍ਹਾਂ ਲਿਖਿਆ ਗਿਆ ਹੈ ਕਿ ਹੇ ਪਿਤਾ ਇਹਨੇ ਸ਼ਮਾ ਕਰ ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕਿਆ ਕਰ ਰਹੇ ਹੈ। ਪ੍ਰਭੂ ਯਿਸੂ ਮਸੀਹ ਨੇ ਸਲੀਬ ਤੋਂ ਵੀ ਆਪਣੇ ਦੁੱਖ ਦੇਣ ਵਾਲੇ ਨਿੰਦਾ ਕਰਨ ਵਾਲੇ ਮਾਰਨ ਵਾਲੇ ਲੋਕਾਂ ਨੂੰ ਸਲੀਬ ਤੋਂ ਵੀ ਇਹ ਕਿਹਾ ਕਿ ਪਿਤਾ ਇਹਨਾਂ ਨੂੰ ਸ਼ਮਾ ਕਰ ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਹਨ। ਸੰਸਾਰ ਦੇ ਬਹੁਤ ਸਾਰੇ ਮੁਸ਼ਕਿਲ ਕੰਮ ਨੇ, ਔਖੇ ਕਠਿਨ ਕੰਮ ਨੇ, ਜਿਨ੍ਹਾਂ ਵਿੱਚੋਂ ਇੱਕ ਕਠਿਨ ਕੰਮ ਹੈ ਕਿ ਕਿਸੇ ਦੂਸਰੇ ਨੂੰ ਮਾਫ਼ ਕਰਨਾ, ਕਿਸੇ ਦੂਸਰੇ ਨੂੰ ਮਾਫ਼ੀ ਦੇਣਾ। ਸੰਸਾਰ ਦੇ ਅੰਦਰ ਯਿਸੂ ਮਸੀਹ ਦੀ ਸੇਵਕਾਈ ਦੇ ਸਮੇਂ ਦੇ ਉੱਤੇ ਪ੍ਰਭੂ ਯਿਸੂ ਮਸੀਹ ਨੇ ਆਪਣੇ ਸੁਣਨ ਵਾਲਿਆਂ ਨੂੰ, ਆਪਣੇ ਪਿੱਛੇ ਚੱਲਣ ਵਾਲਿਆਂ ਨੂੰ, ਮੰਨਣ ਵਾਲਿਆਂ ਨੂੰ ਮਾਫ਼ੀ ਦਾ ਸੰਦੇਸ਼ ਦਿੱਤਾ, ਮਾਫ਼ੀ ਦੀ ਗੱਲਾਂ ਸਮਝਾਈਆਂ, ਮਾਫ਼ੀ ਦੀ ਸਾਰੀ ਸਿੱਖਿਆ ਉਹਨਾਂ ਨੂੰ ਦਿੱਤੀ ਔਰ ਮਾਫ਼ ਕਰਨਾ ਸਿਖਾਇਆ। ਇਹ ਬੜਾ ਸੁਭਾਵਿਕ ਹੈ ਕਿ ਕਿਸੇ ਵੇਲੇ ਇਨਸਾਨ ਕਿਸੇ ਨੂੰ ਮਾਫ਼ ਕਰ ਸਕਦਾ ਹੈ ਔਰ ਕਿਸੇ ਸਮੇਂ ਨਹੀਂ ਮਾਫ਼ ਕਰ ਸਕਦਾ। ਯਿਸੂ ਮਸੀਹ ਨੇ ਜੋ ਸਿੱਖਿਆਵਾਂ ਦਿੱਤੀਆਂ ਸਨ ਮਾਫ਼ੀ ਦੇ ਵਿਸ਼ੇ ਦੇ ਵਿੱਚ, ਮਾਫ਼ੀ ਦੇ ਜਾਂ ਮਾਫ਼ ਕਰਨ ਦੇ ਲਈ ਜੋ ਸਿੱਖਿਆ ਦਿੱਤੀ ਸੀ, ਯਿਸੂ ਮਸੀਹ ਵਾਹਿਦ ਇੱਕ ਐਸਾ ਉਸਤਾਦ, ਗੁਰੂ, ਟੀਚਰ ਸੀ ਜਿਸ ਨੇ ਜੋ ਕੁਛ ਸਿਖਾਇਆ ਸੀ ਉਹ ਸਭ ਕੁਛ ਉਸਨੇ ਆਪਣੇ ਜੀਵਨ ਦੇ ਵਿੱਚ ਕੀਤਾ ਵੀ ਔਰ ਨਿਰਾ ਉਹ ਬੋਲਿਆ ਹੀ ਨਹੀਂ, ਬਲਕਿ ਉਸਨੇ ਜੋ ਕੁਛ ਬੋਲਿਆ ਸੀ ਉਸਨੂੰ ਆਪਣੇ ਜੀਵਨ ਦੇ ਵਿੱਚ ਕਰਕੇ ਵੀ ਵਿਖਾਇਆ ਸੀ। ਇਹ ਪਰਮੇਸ਼ੁਰ ਪ੍ਰਭੂ ਯਿਸੂ ਮਸੀਹ ਜਦੋਂ ਇਸ ਸੰਸਾਰ ਦੇ ਉੱਤੇ ਸੇਵਕਾਈ ਕਰ ਰਹੇ ਸਨ ਅਤੇ ਸੇਵਕਾਈ ਕਰਦੇ ਸਮੇਂ ਉਹਨਾਂ ਦੀ ਸਿੱਖਿਆਵਾਂ ਦੇ ਵਿੱਚੋਂ ਇੱਕ ਸਿੱਖਿਆ ਸੀ ਮਾਫ਼ ਕਰਨਾ। ਪਤਰਸ ਯਿਸੂ ਮਸੀਹ ਦੇ ਖਾਸ ਚੇਲਿਆਂ ਦੇ ਵਿੱਚੋਂ ਇੱਕ ਖਾਸ ਚੇਲਾ ਸੀ। ਜਦੋਂ ਉਸਨੇ ਪ੍ਰਭੂ ਯਿਸੂ ਮਸੀਹ ਨੂੰ ਪੁੱਛਿਆ ਕਿ ਪ੍ਰਭੂ ਜੀ, ਗੁਰੂ ਜੀ, ਅਸੀਂ ਆਪਣੇ ਭਾਈ ਨੂੰ, ਆਪਣੇ ਭਰਾ ਨੂੰ ਕਿੰਨੀ ਵਾਰੀ ਮਾਫ਼ ਕਰੀਏ, ਜੋ ਜਾਇਜ਼ ਹੈ, ਜੋ ਸਹੀ ਹੈ, ਕਿ ਕਿੰਨੀ ਵਾਰੀ ਤੱਕ ਅਸੀਂ ਉਸ ਨੂੰ ਮਾਫ਼ ਕਰ ਸਕਦੇ ਹਾਂ। ਪਰਮੇਸ਼ੁਰ ਦਾ ਪਵਿੱਤਰ ਵਚਨ ਕਹਿੰਦਾ ਹੈ, ਇਸ ਵਾਕਿਆ ਨੂੰ ਤੁਸੀਂ ਮਤੀ ਦੀ ਇੰਜੀਲ ਉਸ ਦੇ 18 ਅਧਿਆਏ ਉਸ ਦੇ 21-22 ਵਚਨ ਦੇ ਵਿੱਚ ਵੇਖ ਸਕਦੇ ਜੇ। ਯਿਸੂ ਮਸੀਹ ਨੇ ਉਹਨਾਂ ਨੂੰ ਕਿਹਾ ਕਿ 7 ਦੇ 70 ਗੁਣਾ ਤੁਸੀਂ ਮਾਫ਼ ਕਰੋ। ਯਿਸੂ ਮਸੀਹ ਨੇ ਜਦੋਂ 7 ਦੇ 70 ਵਾਰੀ ਇਸ ਤਰ੍ਹਾਂ ਕਿਹਾ ਹੈ ਤਾਂ ਉਹਨਾਂ ਦੇ ਕਹਿਣ ਦਾ ਅਰਥ, ਕਹਿਣ ਦਾ ਭਾਵ ਇਹ ਨਹੀਂ ਸੀ ਕਿ ਉਹ ਮਾਫ਼ੀ ਨੂੰ ਕਿਸੇ ਇੱਕ ਹੱਦ ਤੱਕ ਮਹਿਦੂਦ ਕਰਦੇ ਨੇ ਜਾਂ ਮਾਫ਼ੀ ਨੂੰ ਕਿਸੇ ਇੱਕ ਹੱਦ ਤੱਕ ਉਹ ਆਗਿਆ ਦਿੰਦੇ ਨੇ ਕਿ ਇਸ ਹੱਦ ਤੱਕ ਮਾਫ਼ ਕੀਤਾ ਜਾ ਸਕਦਾ ਹੈ। ਨਹੀਂ, ਇਸ ਤਰ੍ਹਾਂ 7 ਦੇ 70 ਗੁਣਾ ਕਹਿਣ ਤੋਂ ਉਹਨਾਂ ਦਾ ਅਰਥ ਸੀ ਕਿ ਤੁਸੀਂ ਮਾਫ਼ੀ ਦਾ ਬੰਡਲ, ਮਾਫ਼ੀ ਦੀ ਜੋ ਬਹਤਾਇਤ ਉਹ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਔਰ ਤੁਸੀਂ ਲਗਾਤਾਰ ਆਪਣੇ ਭਾਈਆਂ ਨੂੰ, ਆਪਣੇ ਦੋਸ਼ ਕਰਨ ਵਾਲਿਆਂ ਨੂੰ ਮਾਫ਼ ਕਰਦੇ ਰਹਿਣਾ। ਪਰਮੇਸ਼ੁਰ ਪ੍ਰਭੂ ਯਿਸੂ ਮਸੀਹ ਦੀ ਸਿੱਖਿਆ ਜੋ ਸੀ ਉਹ ਇਸ ਚੀਜ਼ ਦੇ, ਇਸ ਗੱਲ ਦੇ ਉੱਤੇ ਹੀ ਆਧਾਰਿਤ ਸੀ। ਯਹੂਨਾ ਦੀ ਅੰਜੀਲ ਉਸ ਦਾ 3:16 ਵਚਨ ਨੂੰ ਅਕਸਰ ਸਭ ਲੋਕਾਂ ਨੂੰ ਚੇਤਾ ਹੁੰਦਾ ਹੈ ਜਾਂ ਯਾਦ ਕਰਦੇ ਨੇ, ਜਿਹਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਪਰਮੇਸ਼ੁਰ ਨੇ ਜਗਤ ਸੇ ਐਸਾ ਪਿਆਰ ਕੀਆ ਕਿ ਉਸਨੇ ਆਪਣਾ ਇਕਲੌਤਾ ਪੁੱਤਰ ਦੇ ਦਿਆ, ਹਰੇਕ ਜੋ ਕੋਈ ਉਸ ਪਰ ਵਿਸ਼ਵਾਸ ਕਰੇ ਨਾਸ਼ ਨਾ ਹੋ ਬਲਕਿ ਸਦਾ ਕਾ ਜੀਵਨ ਪ੍ਰਾਪਤ ਕਰੇ। ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਦੇ ਦਿੱਤਾ ਤਾਂ ਕਿ ਕੋਈ ਨਾਸ਼ ਨਾ ਹੋਵੇ। 3:16 ਐਤ ਨੂੰ ਸੁਭਾਵਿਕ ਹੈ ਕਿ ਅਸੀਂ ਯਾਦ ਰੱਖਣੇ ਜਾਂ ਬਹੁਤ ਲੋਕ ਚੇਤਾ ਕਰਦੇ, ਲੇਕਿਨ ਬਹੁਤ ਸਾਰੇ ਲੋਕਾਂ ਨੂੰ 3:17 ਐਤ ਅਕਸਰ ਭੁੱਲ ਜਾਂਦੀ ਹੈ ਜਾਂ ਫਿਰ ਚੇਤਾ ਨਹੀਂ ਰਹਿੰਦੀ, ਜਿਸ ਦੇ ਵਿੱਚ ਲਿਖਿਆ ਹੈ
ਪਿਤਾ ਨੇ ਮੈਨੂੰ ਇਸ ਧਰਤੀ ਦੇ ਉੱਤੇ ਇਸ ਲਈ ਭੇਜਿਆ ਕਿ ਮੈਂ ਲੋਕਾਂ ਨੂੰ ਦੰਡ ਨਾ ਦਿਆਂ, ਸਜ਼ਾ ਨਾ ਦਿਆਂ, ਮੈਂ ਉਹਨਾਂ ਨੂੰ ਸਜ਼ਾ ਨਾ ਦਿਆਂ। ਜਦੋਂ ਦੰਡ ਦੀ ਗੱਲ ਆਉਂਦੀ ਹੈ, ਸਜ਼ਾ ਦੀ ਗੱਲ ਆਉਂਦੀ ਹੈ, ਅਤੇ ਸਜ਼ਾ ਦੀ ਗੱਲ ਤੋਂ ਭਾਵ ਕਿ ਜੇ ਉਹ ਕਸੂਰ ਕਰਦੇ ਨੇ, ਉਹ ਦੰਡ ਦਾ ਕੰਮ ਕਰਦੇ ਨੇ, ਅਤੇ ਮੈਂ ਉਹਨਾਂ ਨੂੰ ਦੰਡ ਨਾ ਦਿਆਂ ਬਲਕਿ ਉਹਨਾਂ ਨੂੰ ਮਾਫ਼ ਕਰ ਦਿਆਂ। ਪ੍ਰਭੂ ਯਿਸੂ ਮਸੀਹ ਦੀ ਜੋ ਸੇਵਕਾਈ ਸੀ ਉਹ ਇਸੇ ਗੱਲ ਦੇ ਉੱਤੇ ਬੜੀ ਨਿਰਭਰ ਕਰਦੀ ਸੀ, ਔਰ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ, ਇਸ ਗੱਲ ਨੂੰ ਕਿਹਾ ਕਿ ਉਹ ਪਰਮੇਸ਼ਵਰ ਦੇ ਪੁੱਤਰ ਹੋ ਕੇ ਇਸ ਦੁਨੀਆਂ ਦੇ ਉੱਤੇ ਜਦੋਂ ਆਏ ਨੇ ਅਤੇ ਉਹ ਸੰਸਾਰ ਨੂੰ ਮਾਰਨ ਦੇ ਲਈ, ਦੰਡ ਦੇਣ ਦੇ ਲਈ ਨਹੀਂ ਆਏ, ਬਲਕਿ ਸੰਸਾਰ ਨੂੰ ਉਹ ਮਾਫ਼ੀ ਦੇਣ ਦੇ ਵਾਸਤੇ ਆਏ ਨੇ ਕਿ ਉਹਨਾਂ ਦਾ ਉਦਾਰ ਹੋਵੇ, ਉਹਨਾਂ ਦਾ ਛੁਟਕਾਰਾ ਹੋਵੇ, ਉਹਨਾਂ ਨੂੰ ਮੁਕਤੀ ਪ੍ਰਾਪਤ ਹੋਵੇ। ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਦੀ ਸੇਵਕਾਈ ਦੇ ਸਮੇਂ ਦੇ ਉੱਤੇ ਬਹੁਤ ਸਾਰੇ ਉਦਾਹਰਣ ਸਾਨੂੰ ਮਿਲ ਜਾਂਦੇ ਨੇ, ਲੇਕਿਨ ਅੱਜ ਮੈਂ ਇੱਕ ਬਹੁਤ ਅੱਛਾ ਉਦਾਹਰਣ ਆਪ ਜੀ ਦੇ ਨਾਲ ਵੰਡਣਾ ਚਾਹੁੰਦਾ, ਜਿਸ ਨੂੰ ਤੁਸੀਂ ਯਹੂਨਾ ਦੀ ਅੰਜੀਲ ਉਸ ਦੇ 8ਵੇਂ ਅਧਿਆਏ ਦੂਸਰੇ ਵਚਨ ਤੋਂ ਲੈ ਕੇ 10 ਤੋਂ 11 ਵਚਨ ਤੱਕ ਤੁਸੀਂ ਪਰਮੇਸ਼ਵਰ ਦੇ ਵਚਨ ਦੇ ਵਿੱਚ ਵੇਖ ਸਕਦੇ ਜੇ। ਜਿਸ ਜਗ੍ਹਾ 'ਤੇ ਲਿਖਿਆ ਗਿਆ ਹੈ ਕਿ ਫਰੀਸੀਆਂ ਨੇ ਇੱਕ ਵਿਭਿਚਾਰੀ ਇਸਤਰੀ ਨੂੰ ਪਕੜਿਆ, ਵਿਭਿਚਾਰ ਕਰਦੇ ਸਮੇਂ ਉਸ ਨੂੰ ਪਕੜਿਆ, ਔਰ ਯਿਸੂ ਮਸੀਹ ਦੀ ਪ੍ਰੀਖਿਆ ਕਰਨ ਦੇ ਵਾਸਤੇ ਉਹ ਯਿਸੂ ਮਸੀਹ ਦੇ ਕੋਲ ਉਸ ਇਸਤਰੀ ਨੂੰ ਲੈ ਕੇ ਆਏ। ਇਹ ਕਹਿ ਕੇ ਉਹਨਾਂ ਨੇ ਉਸ ਦੀ ਪ੍ਰੀਖਿਆ ਕੀਤੀ ਕਿ ਮੂਸਾ ਦੀ ਵਿਵਸਥਾ ਦੇ ਅਨੁਸਾਰ ਇਸ ਇਸਤਰੀ ਨੂੰ ਵਿਭਿਚਾਰ ਕਰਦੇ ਪਕੜਿਆ ਗਿਆ ਹੈ, ਇਸ ਕਾਰਨ ਇਸ ਨੂੰ ਪੱਥਰ ਮਾਰ ਮਾਰ ਕੇ ਮਾਰ ਦਿੱਤਾ ਜਾਏ ਜਾਂ ਪੱਥਰਵਾਹ ਕੀਤਾ ਜਾਏ। ਇਸ ਤਰ੍ਹਾਂ ਮੂਸਾ ਦੀ ਵਿਵਸਥਾ ਕਹਿੰਦੀ ਹੈ। ਤੂੰ ਦੱਸ, ਤੂੰ ਇਸ ਦੇ ਬਾਰੇ ਕੀ ਕਹਿਣਾ ਹੈ, ਤੂੰ ਕੀ ਚਾਹਨਾ ਹੈ ਕਿ ਇਸ ਇਸਤਰੀ ਦੇ ਨਾਲ ਕੀਤਾ ਜਾਏ? ਅਤੇ ਬਾਈਬਲ ਕਹਿੰਦੀ ਹੈ, ਪ੍ਰਭੂ ਯਿਸੂ ਮਸੀਹ ਨੇ ਥੱਲੇ ਝੁੱਕ ਕੇ ਆਪਣੀ ਉਂਗਲੀ ਨਾਲ ਲਿਖਣ ਤੋਂ ਪਹਿਲਾਂ ਉਹਨਾਂ ਸਭਨਾਂ ਨੂੰ ਕਿਹਾ ਕਿ ਤੁਹਾਡੇ ਵਿੱਚੋਂ ਸਭ ਤੋਂ ਪਹਿਲਾਂ ਪੱਥਰ ਇਸ ਨੂੰ ਉਹ ਮਾਰੇ ਜਿਸਨੇ ਆਪਣੇ ਜੀਵਨ ਦੇ ਵਿੱਚ ਪਹਿਲਾਂ ਕਦੀ ਅਪਰਾਧ ਜਾਂ ਪਾਪ ਨਾ ਕੀਤਾ ਹੋਵੇ। ਔਰ ਇਹ ਕਹਿ ਕੇ ਉਹ ਧਰਤੀ ਦੇ ਉੱਤੇ ਲਿਖਣ ਲੱਗ ਪਿਆ, ਔਰ ਜਦੋਂ ਉਹ ਲਿਖ ਹਟਿਆ ਉੱਠਿਆ ਤਾਂ ਉਸਨੇ ਵੇਖਿਆ ਕਿ ਉਸ ਜਗ੍ਹਾ ਦੇ ਉੱਤੇ ਇਸਤਰੀ ਔਰ ਯਿਸੂ ਮਸੀਹ ਦੇ ਇਲਾਵਾ ਕੋਈ ਨਹੀਂ ਸੀ। ਯਿਸੂ ਮਸੀਹ ਨੇ ਉਸ ਔਰਤ ਨੂੰ ਕਿਹਾ ਕਿ ਕੀ ਤੈਨੂੰ ਕਿਸੇ ਨੇ ਸਜ਼ਾ ਜਾਂ ਦੰਡ ਨਹੀਂ ਦਿੱਤਾ? ਉਸ ਇਸਤਰੀ ਨੇ ਇਹ ਕਿਹਾ, ਗੁਰੂ ਜੀ, ਰੱਬੀ, ਮੈਨੂੰ ਕਿਸੇ ਨੇ ਵੀ ਸਜ਼ਾ ਨਹੀਂ ਦਿੱਤੀ, ਕਿਸੇ ਨੇ ਵੀ ਦੰਡ ਨਹੀਂ ਦਿੱਤਾ। ਯਿਸੂ ਮਸੀਹ ਨੇ ਉਸ ਨੂੰ ਇਹ ਕਿਹਾ ਕਿ ਜੇ ਤੈਨੂੰ ਕਿਸੇ ਨੇ ਵੀ ਦੰਡ ਨਹੀਂ ਦਿੱਤਾ ਤਾਂ ਮੈਂ ਵੀ ਤੈਨੂੰ ਦੰਡ ਨਹੀਂ ਦਿੰਦਾ, ਅੱਗੇ ਤੋਂ ਪਾਪ ਨਾ ਕਰੀ। ਯਾਨੀ ਕਿ ਉਸ ਨੂੰ ਪ੍ਰਭੂ ਯਿਸੂ ਮਸੀਹ ਨੇ ਉਸ ਦੇ ਪਾਪਾਂ ਦੀ ਮਾਫ਼ੀ ਦਿੱਤੀ। ਯਿਸੂ ਮਸੀਹ ਨੇ ਉਸ ਨੂੰ ਉਸ ਦੇ ਅਪਰਾਧਾਂ ਤੋਂ ਮਾਫ਼ੀ ਦੇ ਕੇ ਉਸ ਦਾ ਉਦਾਰ ਕੀਤਾ। ਇਹ ਉਸਦਾ ਪਾਰਥਿਵ ਜਾਂ ਸਰੀਰ ਦੇ ਉੱਤੇ ਰਹਿੰਦਿਆਂ ਹੋਇਆ ਜੀਵਨ ਸੀ, ਲੇਕਿਨ ਬੜਾ ਕਠਿਨ, ਬੜਾ ਔਖਾ ਹੈ ਕਿ ਜਦੋਂ ਇੱਕ ਇਨਸਾਨ ਸਹੀ ਸੁਭਾਵਿਕ ਗੱਲਾਂ ਦੇ ਵਿੱਚ ਤਾਂ ਜ਼ਰੂਰ ਮਾਫ਼ ਕਰ ਸਕਦਾ ਹੈ, ਲੇਕਿਨ ਉਸ ਦੇ ਲਈ ਬਹੁਤ ਹੀ ਔਖਾ ਹੈ ਜਦੋਂ ਉਸ ਨੂੰ 5,480 ਜ਼ਖਮ ਮਿਲੇ ਹੋਣ, ਜਦੋਂ ਉਸਦੇ ਹੱਥਾਂ ਦੇ ਉੱਤੇ ਕਿੱਲ ਠੋਕੇ ਗਏ ਹੋਣ, ਜਦੋਂ ਉਸਦੇ ਸਿਰ ਦੇ ਉੱਤੇ ਕੰਡਿਆਂ ਦਾ ਤਾਜ ਪਾਇਆ ਗਿਆ ਹੋਵੇ, ਜਦੋਂ ਉਸਦੀ ਦਾੜੀ ਪੁੱਟੀ ਗਈ ਹੋਵੇ, ਜਦੋਂ ਉਸਦੇ ਮੂੰਹ ਦੇ ਉੱਤੇ ਥੁੱਕਿਆ ਗਿਆ ਹੋਵੇ, ਜਦੋਂ ਉਸਦੇ ਮੂੰਹ 'ਤੇ ਥੱਪੜ ਮਾਰੇ ਗਏ ਹੋਣ, ਹਰ ਕੋਈ ਉਸਦੀ ਨਿੰਦਾ ਕਰਦਾ ਹੋਵੇ, ਹਰ ਕੋਈ ਉਸਦਾ ਤਿਰਸਕਾਰ ਕਰਦਾ ਹੋਵੇ, ਇੱਥੋਂ ਤੱਕ ਕਿ ਪਰਮੇਸ਼ਵਰ ਨੇ ਵੀ ਜਦੋਂ ਉਸ ਨੂੰ ਤਿਆਗ ਦਿੱਤਾ, ਅਤੇ ਐਸੇ ਟਾਈਮ ਦੇ ਉੱਤੇ ਜ਼ਰੂਰੀ ਹੈ ਕਿ ਸੁਭਾਵਿਕ ਤੌਰ ਦੇ ਉੱਤੇ ਆਮ ਤੌਰ 'ਤੇ ਹਰ ਵਿਅਕਤੀ ਜਿਹੜਾ ਥੋੜ੍ਹੀ ਜਿਹੀ ਗੱਲਾਂ ਦੇ ਬਾਅਦ ਇੱਕ ਦੂਸਰੇ ਨੂੰ ਸ਼ਰਾਪ ਦੇਣ ਲੱਗ ਪੈਂਦਾ, ਲੇਕਿਨ ਯਿਸੂ ਮਸੀਹ ਨੇ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਲੋਕਾਂ ਦੇ ਲਈ ਮਾਫ਼ੀ ਦੀ ਯਾਚਨਾ, ਮਾਫ਼ੀ ਦੀ ਪ੍ਰਾਰਥਨਾ, ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਦੇ ਆਪਣੇ ਪਿਤਾ ਦੇ ਕੋਲ ਮਾਫ਼ੀ ਦੀ ਪ੍ਰਾਰਥਨਾ ਕੀਤੀ ਕਿ ਹੇ ਪਿਤਾ, ਇਹਨਾਂ ਨੂੰ ਮਾਫ਼ ਕਰ ਦੇ, ਕਿਉਂਕਿ ਇਹ ਨਹੀਂ ਜਾਣਦੇ। ਅਗਰ ਇਹ ਜਾਣਦੇ ਹੁੰਦੇ ਕਿ ਮੈਂ ਪਰਮੇਸ਼ਵਰ ਦਾ ਪੁੱਤਰ ਹੋ ਕੇ ਇਸ ਸੰਸਾਰ ਦੇ ਉੱਤੇ ਆਇਆ ਹਾਂ ਇਹਨਾਂ ਦੇ ਉਦਾਰ ਦੇ ਲਈ, ਔਰ ਇਹ ਕਰੂਸ ਦਾ ਕਸ਼ਟ ਸਹਿਣਾ ਮੇਰੇ ਲਈ ਜ਼ਰੂਰੀ ਹੈ ਤਾਂ ਕਿ ਇਹਨਾਂ ਨੂੰ ਮੁਕਤੀ ਮਿਲੇ, ਅਤੇ ਕਦੀ ਵੀ ਮੈਨੂੰ ਇਹ ਕਰੂਸ ਦੇ ਉੱਤੇ ਨਾ ਚੜ੍ਹਾਉਣ ਦੇ। ਸੋ ਪਿਆਰੇ ਦੋਸਤੋ, ਯਿਸੂ ਮਸੀਹ ਦਾ ਕਰੂਸ ਦੇ ਉੱਤੇ ਚੜ੍ਹਾਇਆ ਜਾਣਾ, ਯਿਸੂ ਮਸੀਹ ਦਾ ਇਹ ਕਸ਼ਟ ਦਾ ਸਹਿਣਾ, ਔਰ ਇਹ ਕਹਿਣਾ ਕਿ ਹੇ ਪਿਤਾ ਇਹਨਾਂ ਨੂੰ ਮਾਫ਼ ਕਰ ਦੇ, ਅੱਜ ਸਾਡੀ ਵੱਲ ਇਸ਼ਾਰਾ ਕਰਦਾ ਹੈ, ਸਾਡੇ ਤੋਂ ਇੱਛਾ ਕਰਦਾ ਹੈ, ਸਾਡੇ ਤੋਂ ਕਾਮਨਾ ਕਰਦਾ ਹੈ ਕਿ ਅਸੀਂ ਆਪਣੇ ਜੀਵਨ ਦੇ ਅੰਦਰ ਆਪਣੇ ਦੋਸ਼ ਕਰਨ ਵਾਲਿਆਂ ਨੂੰ ਮਾਫ਼ ਕਰੀਏ, ਸਿਰਫ 7 ਵਾਰੀ ਨਹੀਂ,
ਸੱਤ ਦੇ 70 ਗੁਣਾ ਹੀ ਨਹੀਂ ਬਲਕਿ ਸਾਡੇ ਕੋਲ ਮਾਫ਼ੀ ਦੇ ਲਈ ਇੱਕ ਬਹੁਤ ਵੱਡਾ ਮਨ, ਇੱਕ ਬਹੁਤ ਵੱਡਾ ਦਿਲ ਹੋਣਾ ਚਾਹੀਦਾ ਹੈ, ਤਾਂ ਕਿ ਪਰਮੇਸ਼ਵਰ ਦੇ ਚੇਲੇ ਕੁਆਈਏ, ਤਾਂ ਕਿ ਅਸੀਂ ਮਸੀਹ ਦੇ ਲੋਕ, ਪਰਮੇਸ਼ਵਰ ਦੀ ਸੰਤਾਨ ਕੁਆਈਏ, ਪਰਮੇਸ਼ਵਰ ਦੇ ਲੋਕ ਕੁਆਈਏ। ਕਿਉਂਕਿ ਯਿਸੂ ਮਸੀਹ ਨੇ ਇਸ ਦੁਨੀਆਂ ਦੇ ਉੱਤੇ ਚੱਲਦੇ ਸਮੇਂ ਇਹ ਕਿਹਾ, ਮੇਰੇ ਕੋਲੋਂ ਸਿੱਖੋ ਕਿਉਂਕਿ ਮੇਰਾ ਜੂਆ ਨਰਮ ਹੈ, ਮੇਰਾ ਜੂਆ ਆਪਣੇ ਉੱਪਰ ਲਵੋ। ਪਿਆਰੇ ਮਿੱਤਰੋ, ਅਸੀਂ ਆਪਣੇ ਜੀਵਨ ਦੇ ਵਿੱਚ ਯਿਸੂ ਮਸੀਹ ਤੋਂ ਸਿੱਖਦੇ ਹਾਂ। ਯਿਸੂ ਮਸੀਹ ਹੀ ਸਾਡਾ ਨਿਸ਼ਾਨਾ ਹੈ, ਯਿਸੂ ਮਸੀਹ ਹੀ ਸਾਡਾ ਉਧਾਰ ਕਰਤਾ ਹੈ, ਯਿਸੂ ਮਸੀਹ ਹੀ ਸਾਡਾ ਰੋਲ ਮਾਡਲ ਹੈ। ਬਾਈਬਲ ਦੇ ਵਿੱਚ ਲਿਖਿਆ ਕਿ ਤੁਸੀਂ ਯਿਸੂ ਮਸੀਹ ਦੀ ਵੱਲ ਤੱਕਦੇ ਰਹੋ, ਸਾਡਾ ਧਿਆਨ ਯਿਸੂ ਮਸੀਹ ਦੇ ਵੱਲ ਲੱਗਾ ਰਹਿਣਾ ਚਾਹੀਦਾ ਹੈ, ਉਸਦੇ ਸਿੱਖਿਆਵਾਂ ਦੀ ਵੱਲ ਲੱਗਾ ਰਹਿਣਾ ਚਾਹੀਦਾ ਹੈ, ਇਸ ਗੱਲ ਦੀ ਵੱਲ ਲੱਗਾ ਰਹਿਣਾ ਚਾਹੀਦਾ ਹੈ ਕਿ ਉਸਨੇ ਅਗਰ ਕਰੂਸ 'ਤੇ ਸੰਸਾਰ ਨੂੰ ਮਾਫ਼ ਕੀਤਾ ਹੈ ਤਾਂ ਸਾਨੂੰ ਵੀ ਮਸੀਹੀ ਜੀਵਨ ਦੇ ਵਿੱਚ ਆਪਣਾ ਦੋਸ਼ ਕਰਨ ਵਾਲਿਆਂ ਨੂੰ ਮਾਫ਼ ਕਰਨਾ ਚਾਹੀਦਾ ਹੈ, ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਆਪਣੇ ਜੀਵਨ ਨੂੰ ਕੱਟਣਾ ਚਾਹੀਦਾ, ਤਾਂ ਕਿ ਪਰਮੇਸ਼ਵਰ ਸਾਡੀ ਜ਼ਿੰਦਗੀ ਦੇ ਅੰਦਰ ਸਾਨੂੰ ਆਸ਼ੀਸ਼ ਦੇ। ਪਰਮੇਸ਼ਵਰ ਦੇ ਵਚਨ ਦੁਆਰਾ ਆਪ ਸਭ ਨੂੰ ਆਸ਼ੀਸ਼ ਮਿਲੇ। ਅਸੀਂ ਦੂਸਰਾ ਵਚਨ ਜੋ ਕਰੂਸ ਤੋਂ ਯਿਸੂ ਮਸੀਹ ਨੇ ਕਿਹਾ ਹੈ ਉਸ ਦੀ ਵੱਲ ਅੱਗੇ ਚੱਲਦੇ ਹਾਂ।